ਤਾੜੀਆਂ ਮਾਰਦੇ ਖੁੱਲ ਕੇ, ਜਿੰਨਾ ਕਰਕੇ ਅਸੀਂ ਇਕੱਠੇ ਹੋਏ ਹਾਂ। ਹਜ਼ਰਤ ਪੀਰ ਬਾਬਾ ਬਖਸ਼ ਜੀ ਜਿਨ੍ਹਾਂ ਦੇ ਚਰਨਾਂ 'ਚ ਅਸੀਂ ਸਾਰੇ ਇਕੱਠੇ ਹੋਏ ਹਾਂ, ਬੜੇ ਭਾਗਾਂ ਵਾਲੇ ਤੁਸੀਂ ਹਾਜ਼ਰੀਆਂ ਦੇ ਰਹੇ ਹੋ। ਕਹਿੰਦੇ ਹੁੰਦੇ ਨੇ ਵੀ ਇੰਨਾ ਕਿਸੇ ਕੋਲ ਅੱਜ ਕੱਲ੍ਹ ਟਾਈਮ ਨਹੀਂ ਹੈਗਾ ਕਿ ਉਹ ਆਪਣੇ ਪੀਰਾਂ ਨੂੰ ਮੁਰਸ਼ਦਾਂ ਨੂੰ ਯਾਦ ਕਰੇ। ਤੁਸੀਂ ਬੜੇ ਭਾਗਾਂ ਵਾਲੇ ਹੋ। ਸੋ ਜਿੰਨੀ ਵੀ ਸੰਗਤ ਪਹੁੰਚੀ ਹੈ ਸਾਰਿਆਂ ਨੂੰ ਸਾਡੇ ਵੱਲੋਂ ਜੀ ਆਇਆਂ ਨੂੰ। ਲੱਕੀ ਜੀ ਗੱਲ ਕਰਦੇ ਸੀਗੇ ਇੱਕ ਵੀ ਜਿਹੜਾ ਆਪਣੇ ਮਾਂ ਪਿਓ ਦੀ ਇੱਜ਼ਤ ਨਹੀਂ ਕਰਦਾ। ਸੋ ਇੱਕ ਵਾਰੀ ਆਪਣੇ ਮਾਂ ਪਿਓ ਦੇ ਨਾਂ 'ਤੇ ਤਾੜੀਆਂ ਮਾਰਦੇ ਸਾਰੇ ਜਣੇ। ਪਰਮਾਤਮਾ ਚੜ੍ਹਦੀ ਕਲਾ ਰੱਖੇ, ਕਿਉਂਕਿ ਵੱਡਿਆਂ ਦਾ ਸਤਿਕਾਰ ਜ਼ਰੂਰੀ ਆ। ਆ ਜਾਓ ਪੜ੍ਹਦੇ। ਮੱਟੂ ਸਾਹਿਬ ਆ ਜਾਓ, ਠੀਕ ਹੈ। ਸੋ ਇੱਕ ਆਪਣਾ ਗਾਣਾ ਆਇਆ ਸੀਗਾ ਪਿੱਛੇ ਜੇ, ਗੁਲਾਬ ਸਿੱਧੂ ਨੇ ਗਾਇਆ, ਤੁਸੀਂ ਸਾਰਿਆਂ ਨੇ ਬਹੁਤ ਸਾਰਾ ਪਿਆਰ ਦਿੱਤਾ। ਉਹਦੀਆਂ ਵੀ ਚੰਦ ਲਾਈਨਾਂ ਤੁਹਾਡੇ ਰੂਬਰੂ ਕਰਾਂਗਾ। ਉਸ ਤੋਂ ਪਹਿਲਾਂ ਬਜ਼ੁਰਗਾਂ ਲਈ ਹੈ ਜੀ ਇੱਕ ਗੱਲ ਛੋਟੀ, ਠੀਕ ਹੈ ਜੀ। ਨੂੰ ਪਈ ਵੱਡਿਆਂ ਦਾ ਸਤਿਕਾਰ ਦਿਨੋਂ ਦਿਨ ਘਟਦਾ ਜਾਂਦਾ ਏ, ਉਹ ਵੱਡਿਆਂ ਦਾ ਸਤਿਕਾਰ ਦਿਨੋਂ ਦਿਨ ਘਟਦਾ ਜਾਂਦਾ ਏ। ਹਮੇਸ਼ਾ ਸਤਿਕਾਰ ਕਰਦੇ ਰਹੀਏ ਆਪਣੇ ਤੋਂ ਵੱਡਿਆਂ ਦਾ, ਤੇ ਉਹਨਾਂ ਕਰਕੇ ਇਹ ਮੇਲੇ ਲੱਗਦੇ ਨੇ। ਸੋ ਇੱਕ ਗੀਤ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ, ਜੇ ਕਿਤੇ ਰੱਬ ਟੱਕਰ ਜੇ ਨਹੀਂ
ਹੁਣ ਆਖਾਂ ਇੱਕ ਗੱਲ ਕਰਨੀ ਤੇਰੇ ਮੇਰੇ ਪਿਆਰਾਂ ਦੀ ਨੀ ਮੈਂ ਬਹਿ ਕੇ ਹਮੀ ਭਰਨੀ ਜਾ ਜਾਨ ਨਿਕਲ ਜਹੇ ਨੀ ਜਾ ਤੈਨੂੰ ਲਿਖ ਦੇ ਵੇ ਵਿੱਚ ਲਿਖਾਂ ਨੀ ਚੰਦਰਾ ਦਿਲ ਜਿਹਾ ਨੀ ਮੰਨਦਾ ਤੈਨੂੰ ਹੋਰ ਕਿਸੇ ਨਾਲ ਦੇਖਾਂ ਕਮਲਾ ਦਿਲ ਜਿਹਾ ਨੀ ਮੰਨਦਾ ਤੈਨੂੰ ਹੋਰ ਕਿਸੇ ਨਾਲ ਦੇਖਾਂ ਕੰਨਾਂ ਚ ਗੂੰਜਦੀ ਹੀ ਐ ਨੀ ਤੇਰੀ ਆਖੀ ਗੱਲ ਮੈਨੂੰ ਆਹੀ ਤੇਰੇ ਨਾਲ ਰਹੂੰਗੀ ਮੈਂ ਸਾਰੀ ਉਮਰ ਜਾਂਦੀ ਏ ਕਲਾਹੀ ਨੀ ਤੇਰੇ ਪਿਆਰ ਚ ਕਮਲਾ ਹਨੀ ਲਾਉਂਦਾ ਫਿਰਦਾ ਗੱਭਰੂ ਹੇਕਾ ਨਿਸਲ ਦਿਲ ਜਿਹਾ ਨੀ ਮੰਨਦਾ ਤੈਨੂੰ ਹੋਰ ਕਿਸੇ ਨਾਲ ਦੇਖਾ ਸੋ ਜਿਹਨਾਂ ਜਿਹਨਾਂ ਨੇ ਇਹ ਗਾਣਾ ਸੁਣਿਆ ਤਾੜੀਆਂ ਮਾਰ ਦਿਓ ਗੁਲਾਬ ਸਿੱਧੂ ਸੋ ਮੈਂ ਕਲਾਹੀ ਤੋਂ ਜਾਂਟੀ ਅਤੇ ਆਪਣਾ ਗਾਣਾ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ ਅਤੇ ਆਓ ਫਿਰ ਹੁਣ ਸੱਭਿਆਚਾਰਕ ਵਾਸੀ ਹੋ ਜੀ ਵੇ ਮਿੰਨਤਾਂ ਕਰਕੇ ਥੱਕ ਗਈਆਂ ਬਾਬਾ ਜੀ ਨੇ ਕਿਹਾ ਕਿ ਇਸ ਗੁੜੀਆ ਦੇ ਪਰਿਵਾਰ ਨਾਲ ਸਾਡਾ ਬਹੁਤ ਪਿਆਰ ਹੈ ਤੈਨੂੰ ਤਾਂ ਗੁੜੀਆ ਚੌਕਲੇਟ ਵਾਸਤੇ ਪੈਸੇ ਦਿੱਤੇ ਨੇ ਜਾਂਦੀ ਨੂੰ ਖਾਣੇ ਵਾਸਤੇ ਠੀਕ ਹੈ ਨਾ ਆਪ ਤੂੰ ਸਮਾਂ ਦੀ ਰੱਬ ਨੂੰ ਕਿ ਮੈਨੇ ਪੀਣੀ ਛੋੜ ਦੀ ਤੂੰ ਨੇ ਕਸਮ ਖਿਲਾ ਦੀ ਮੈਨੇ ਪੀਣੀ ਛੋੜ ਦੀ ਤੂੰ ਨੇ ਕਸਮ ਖਿਲਾ ਦੀ ਯਾਰਾਂ ਨੇ ਫਿਰ ਪਿਲਾ ਦੀ ਤੇਰੀ ਕਸਮ ਖਿਲਾ ਚਲੇ ਕਰ ਪੂਰੀ ਗੱਲ ਨੂੰ ਵਿਹੜੇ ਵਿੱਚ ਖਲਾਰੇ ਚੱਲ ਪਿਆ ਪੂਰੀ ਗੱਲ ਨੂੰ ਵਿਹੜੇ ਵਿੱਚ ਖਲਾਰੇ ਚੱਲ ਪਿਆ ਪਿੰਡ ਵਾਲਿਆਂ ਮੂਹਰੇ ਨੀ ਲਿਬੜੇ ਵਾਲਿਆਂ ਮੂਹਰੇ ਨੀ ਮੇਰੇ ਪਰਦੇ ਚੱਕੀ ਜਾਂਦੀ ਹੈ ਮੈਂ ਐਨਾ ਵੀ ਨੀ ਮਾੜਾ ਜਿੰਨਾ ਤੂੰ ਦੱਸੀ ਜਾਂਦੀ ਐਨਾ ਵੀ ਨੀ ਮਾੜਾ ਜਿੰਨਾ ਤੂੰ ਦੱਸੀ ਜਾਂਦੀ ਹੈ ਐਨਾ ਨੀ ਦਿਸਦਾ ਮਾੜਾ ਜਿੰਨਾ ਤੂੰ ਦੱਸੀ ਜਾਂਦੀ ਹੈ ਮੁਸਤੈਨੀ ਨੇ ਪਰਵਾਹ ਕਰਦੀ ਹੈ ਹੋ ਗਿਆ
ਸ਼ੁਰੂ ਹੋ ਗਿਆ। ਲਾਈਟ ਦੇ ਕੱਟ ਵੀ ਤੁਹਾਨੂੰ ਪਤਾ ਲੱਗਦੇ ਨੇ ਤੇ ਕਿਸਾਨ ਭਰਾਵਾਂ ਦੀ ਆਪਣੀ ਮਜਬੂਰੀ ਆ, ਉਹ ਦੱਸ ਰਿਹਾ ਕੀ ਕਹਿੰਦਾ, ਨੀ ਪਾਣੀ ਲਾ ਕੇ ਰੱਖਿਆ ਖੇਤ ਨੂੰ ਆਇਆ ਨੀ ਕੁਰਸੀਰੀ, ਉਹ ਪਾਣੀ ਲਾ ਕੇ ਰੱਖਿਆ ਖੇਤ ਨੂੰ ਆਇਆ ਨੀ ਕੁਰਸੀਰੀ, ਝੋਨੇ ਦਾ ਹੁਣ ਸੀਜ਼ਨ ਹੈ ਇਸ ਕਰਕੇ। ਹੋ ਰਾਮ ਨਾਲ ਦੀ ਰਾਮ ਨਾਲ ਸੋ ਜਾਨੀ ਚਾਦਰ ਦਾ ਪੱਲਾ ਮੋੜ ਕੇ ਵੀ ਨਹੀਂ ਮਾੜਾ ਜਿੰਨਾ ਤੂੰ ਦੱਸੀ ਜਾਣੀ ਹੈ। ਕਿ ਕੌਣ ਕਹਤਾ ਹੈ ਸ਼ਰਾਬ ਖਰਾਬ ਹੋਤੀ ਹੈ, ਕੌਣ ਕਹਤਾ ਹੈ ਸ਼ਰਾਬ ਖਰਾਬ ਹੋਤੀ ਹੈ, ਜਿੱਦਾਂ ਸੇ ਗੁਜ਼ਰਤੇ ਹੈ ਜਨਾਬ ਜਨਾਬ ਹੋਤੀ ਹੈ, ਜਿੱਦਾਂ ਸੇ ਗੁਜ਼ਰਤੇ ਹੈ ਜਨਾਬ ਜਨਾਬ ਹੋਤੀ ਹੈ। ਕਿਹੜੀ ਪੀਣੀ ਦੀ ਗੱਲ ਕਰ ਰਹੇ ਜੀ ਮੈਂ? ਉਹ ਫਕਰਾਂ ਦੀ ਪੀਣੀ ਦੀ ਗੱਲ ਕਰ ਰਿਹਾ, ਉਹ ਪੀਣੀ ਨਹੀਂ ਜਿਹੜੀ ਲੈ ਕੇ 50 ਰੁਪਏ ਦਾ ਪਊਆ ਤੇ ਸ਼ਾਮ ਨੂੰ ਚਊਆ ਮਊਆ।
ਉਹ ਪੀਣੀ ਦੀ ਗੱਲ ਕਰ ਰਹੇ ਜਿਹੜੀ ਤੁਰਦਰਗਾਹ ਦੇ ਨਾਲ ਜਾਂਦੀ ਹੈ। ਜੇ ਗੱਲ ਕਰੀਏ ਦਾਦੇ ਦੇ ਦਰਬਾਰ ਦੀ, ਇੱਕ ਬਾਜੀ ਦਾਦੇ ਦੇ ਦਰਬਾਰ ਤੋਂ ਮੰਗਣ ਦੀ, ਕੋਈ ਬੰਦਾ ਮਾਤਾ ਨੈਣਾ ਦੇਵੀ ਜੀ 10 ਰੁਪਏ ਦਾ ਮੱਥਾ ਟੇਕਿਆ, ਕਹਿੰਦਾ ਮਾਂ ਸ਼ੇਰਾਂ ਵਾਲੀ ਮੈਂ ਤੈਨੂੰ ਬਹੁਤ ਪਿਆਰ ਕਰਦਾ, ਇੰਨੀ ਦੂਰੋਂ ਚੜ੍ਹਾਈ ਚੜ੍ਹ ਕੇ ਆਇਆ, ਆਹ ਚੱਕ 10 ਰੁਪਈਏ ਮੈਨੂੰ ਟਰੈਕਟਰ ਦੇ ਦੇ। ਦੂਜੇ ਆੜੀ ਨੇ ਮਾਰੀ ਖੂਣੀ, ਕਹਿੰਦਾ ਟਰਾਲੀ ਵੀ ਨਾਲੇ ਮੰਗ ਲਿਆ, ਕਹਿੰਦਾ ਉਹ ਕਾਹਤੋਂ, ਕਹਿੰਦਾ ਫੇਰ ਕਿੱਥੇ ਆਉਂਦਾ ਫਿਰੇਗਾ, ਅਸੀਂ ਕੀ ਮੰਗਦੇ ਹਾਂ ਟਰੈਕਟਰ ਟਰਾਲੀਆਂ ਜਾਇਦਾਦ ਬਿਲਡਿੰਗਾਂ ਕੋਠੀਆਂ, ਕੀ ਮੰਗਣਾ ਜਿਹੜੀ ਚੀਜ਼ ਸਾਡੇ ਧੁਰਦਰਗਾਹ ਕੰਮ ਆਉਣੀ, ਜਿਹੜੀ ਸਾਡੇ ਜਿਹਨੇ ਸਾਨੂੰ ਪਾਰ ਲਾਉਣਾ। ਜਿਨਕੀ ਮਹਿਫਲ ਹੋਤੀ ਹੈ ਉਹ ਮਹਿਫਲ ਮੈਂ ਜ਼ਰੂਰ ਆਤੇ ਹੈ, ਜਿਨਕੀ ਮਹਿਫਲ ਹੋਤੀ ਹੈ ਉਹ ਮਹਿਫਲ ਮੈਂ ਜ਼ਰੂਰ ਆਤੇ ਹੈ, ਮਹਿਬੂਬ ਕੀ ਮਹਿਫਲ ਕੋ ਮਹਿਬੂਬ ਸਜਾਤੇ ਹੈ, ਜਬ ਉਹ ਮਹਿਲ ਪੇੜ ਆਤੇ ਹੈ ਸਭ ਉਨਕੀ ਤਰਫ ਦੇਖਤੇ ਹੈ, ਦੇਖਣਾ ਤਾਂ ਜੇ ਹੈ ਕਿ ਵੋ ਕਿਨਕੀ ਤਰਫ ਦੇਖਤੇ ਹੈ, ਦੇਖਣਾ ਤਾਂ ਜੇ ਹੈ ਕਿ ਵੋ ਕਿਨਕੀ ਤਰਫ ਦੇਖਤੇ ਹੈ, ਦੇਖਣਾ ਤਾਂ ਜੇ ਹੈ ਕਿ ਵੋ ਕਿਨਕੀ ਤਰਫ ਦੇਖਤੇ ਹੈ। ਥੈਂਕ ਯੂ ਜੀ, ਕਿਆ ਬਾਤ ਹੈ, ਥੈਂਕ ਯੂ ਜੀ, ਥੈਂਕ ਯੂ। ਇਹ ਸਲਾਮਾਂ ਇਹ ਤਾੜੀਆਂ ਮੈਨੂੰ ਨਹੀਂ ਵੱਜਦੀਆਂ, ਮੇਰੇ ਪੀਰ ਨੂੰ ਵੱਜ ਰਹੀਆਂ, ਮੁਰਸ਼ਦ ਨੂੰ ਜਿਹਨੇ ਇਹ ਕੰਟ ਬਖਸ਼ਿਆ। ਔਰ ਬਲੱਡ ਬੈਂਕ ਵੱਲੋਂ ਬਹੁਤ ਵੱਡਾ ਉਪਰਾਲਾ ਹਰ ਸਾਲ ਦੀ ਤਰ੍ਹਾਂ, ਰਾਹੁਲ ਗਰਗ ਬਾਬਾ ਜੀ ਉਹਨਾਂ ਨੇ ਤੇ ਬਾਬਾ ਜੀ ਐਗਰੀਮੈਂਟ ਕਰ ਲਿਆ, ਕਹਿੰਦੇ ਜਦ ਤੱਕ ਸਾਹ ਚੱਲੂਗਾ ਬਾਬਾ ਜੀ ਦੇ ਮੇਲੇ ਤੇ ਬਲੱਡ ਬੈਂਕ ਲਾਉਂਦੇ ਰਵਾਂਗੇ, ਬਲੱਡ ਦਾ ਕੈਂਪ ਲਾਉਂਦੇ ਰਵਾਂਗੇ। ਥੈਂਕ ਯੂ। ਸੁਖਵਿੰਦਰ ਸਿੰਘ ਜੀ ਜੈ ਸਾਹਿਬ ਉਹ ਵੀ ਵਧਾਈ ਦੇ ਪਾਤਰ ਨੇ, ਬਹੁਤ ਬਹੁਤ ਮਿਹਰਬਾਨੀ। ਸਰਦਾਰ ਬਲਵਿੰਦਰ ਸਿੰਘ ਜੀ, ਸਰਦਾਰ ਜਸਵੰਤ ਸਿੰਘ ਜੀ ਤਹਿਸੀਲਦਾਰ ਸਾਹਿਬ, ਮਨੋਜ ਕੁਮਾਰ ਜੀ ਪੰਜਾਬ ਪੁਲਿਸ ਤੋਂ, ਸਰਦਾਰ ਜਗਤਾਰ ਸਿੰਘ ਜੀ ਸ਼ਾਈਨ ਪਿੰਡ ਦੇ ਮਾਲਿਕ, ਪੈਰੀ ਦੇ ਪਾਪਾ ਮਨੋਹਰ ਲਾਲ ਜੀ, ਮਾਸਟਰ ਦੇਵੀ ਦਿਆਲ ਜੀ, ਸਵਾਮੀ ਜੀ ਪੰਜਾਬ ਪੁਲਿਸ ਤੋਂ, ਕਿਆ ਸੀ ਏ ਸਾਹਿਬ ਪਵਨ ਘੁਲਾਟੀ ਜੀ, ਉਹਨਾਂ ਵੱਲੋਂ ਬਹੁਤ ਸਨਮਾਨ। ਰਕੇਸ਼ ਕੁਮਾਰ ਜੀ ਘੁਲਾਟੀ ਸਾਹਿਬ ਉਹਨਾਂ ਵੱਲੋਂ ਬਹੁਤ ਸਨਮਾਨ। ਢੇਡ ਸਾਰੀ ਮੋਹਤ ਸਾਡੇ ਬਾਪੂ ਜੀ ਬੰਤ ਜੀ, ਕਿਆ ਬਾਤ ਹੈ ਜੀ, ਉਹਨਾਂ ਵੱਲੋਂ ਵੀ ਬਹੁਤ ਸਨਮਾਨ, ਬਹੁਤ ਸਾਰਾ ਪਿਆਰ, ਬਹੁਤ ਸਾਰਾ ਸਤਿਕਾਰ। ਪੰਕੂ ਜੀ, ਅੰਕੂ ਜੀ, ਇੱਕ ਜ਼ਰੂਰੀ ਅਨਾਊਂਸਮੈਂਟ ਕਿ ਲੰਗਰ ਕਮੇਟੀ ਵਾਲੇ ਵੱਲੋਂ ਇੱਕੋ ਤੇਰਾ ਲੱਖ ਵਰਗਾ, ਅੱਛਾ ਤੁਹਾਡੇ ਵੱਲੋਂ ਨਹੀਂ ਹੈਗਾ, ਮੈਂ ਵੀ ਦੇਖਦਾ ਤੁਹਾਡੇ ਵੱਲੋਂ ਗੁਲਾਬੀ ਨੋਟ ਆਉਂਦਾ ਹੁੰਦਾ ਸੀ ਜਿਹੜਾ ਬੰਦ ਹੋ ਗਿਆ, ਦਾੜੀ ਲਾਓ ਜੀ ਬਾਬਾ ਜੀ, ਬਹੁਤ ਨਿੱਘਾ ਸਵਾਏ। ਇੱਕ ਲੰਗਰ ਕਮੇਟੀ ਦੇ ਜਿੰਨੇ ਵੀ ਮੈਂਬਰ ਸਾਹਿਬਾਨ ਨੇ ਉਹ ਵੀ ਵਧਾਈ ਦੇ ਪਾਤਰ ਨੇ, ਉਹਨਾਂ ਵੱਲੋਂ ਇੱਕ ਗੁਜ਼ਾਰਿਸ਼ ਹੈ, ਰਿਕੁਐਸਟ ਹੈ ਕਿ 10:15 ਵਜੇ ਤੱਕ ਲੰਗਰ ਚੱਲੇਗਾ, ਜਿਹਨਾਂ ਨੇ ਲੰਗਰ ਛਕਣੇ ਬੜੀ ਖੁਸ਼ੀ ਨਾਲ ਛਕ ਸਕਦੇ ਨੇ, ਮੇਲਾ ਸਵੇਰੇ 4 ਵਜੇ ਤੱਕ ਚੱਲੇਗਾ। ਔਰ ਇੱਕ ਹੋਰ ਜ਼ਰੂਰੀ ਅਨਾਊਂਸਮੈਂਟ, ਕਮਲ ਖਾਨ ਜੀ ਦਾ ਸੰਗੀਤਕ ਪਰਿਵਾਰ ਉਹ ਵੀ ਸਾਡੇ ਦਰਮਿਆਨ ਪਹੁੰਚ ਚੁੱਕਿਆ ਹੈ, ਉਹਨਾਂ ਵੱਲੋਂ ਰਿਕੁਐਸਟ ਹੈ ਕਿਉਂਕਿ ਐਗਰੀਮੈਂਟ ਹੁੰਦਾ ਕਲਾਕਾਰਾਂ ਦੇ ਨਾਲ ਕਿ ਅਸੀਂ ਤੁਹਾਡੇ 2 ਘੰਟੇ ਲਾਉਣੇ ਆ, ਕਿਉਂਕਿ ਜੇ ਮੈਂ ਸਾਰੇ ਕਲਾਕਾਰਾਂ ਨੂੰ ਟਾਈਮ ਦਿੰਦਾ ਰਿਹਾ, ਮਾਫ਼ੀ ਚਾਹੁੰਦਾ ਕਿ ਸਾਡਾ ਫਿਰ ਉੱਧਰ ਸਿਸਟਮ ਜਾਂਟੀ ਜੀ ਹਿੱਲ ਜਾਏਗਾ, ਸਿਰਫ 1-2 ਮਿੰਟ ਦੀ ਹਾਜ਼ਰੀ ਜਾਂਟੀ ਵੀਰੇ, ਉਸ ਤੋਂ ਬਾਅਦ ਮੈਡਮ ਜੀ ਉਹਨਾਂ ਨੇ ਗਾਉਣਾ, ਉਸ ਤੋਂ ਬਾਅਦ ਸਾਡੇ ਸ਼ੈਲੀ ਸਲਮਾਨ ਜੀ ਉਹਨਾਂ ਦਾ ਸੰਗੀਤਕ ਪਰਿਵਾਰ, ਕਿਆ ਬਾਤ ਹੈ ਜੀ, ਸੋਹਣੇ ਸੋਹਣੇ ਕੁੜਤੇ ਚਾਦਰੇ ਕਿ ਤੁਰਲੇ ਵਾਲੀਆਂ ਪੱਗਾਂ ਬੰਨ੍ਹਦੇ, ਹੱਥਾਂ ਦੇ ਵਿੱਚ ਖੁੰਡੇ ਨੇ। ਸਵਾਮੀ ਜੀ ਵੱਲੋਂ ਬਹੁਤ ਸਾਰਾ ਮਾਣ, ਢੇਰ ਸਾਰੀ ਮੁਹੱਬਤ ਦੱਸ ਕੇ ਪਹੁੰਚੀ ਹੈ, ਬਹੁਤ ਮਿਹਰਬਾਨੀ। ਇੱਕ ਜ਼ਰੂਰੀ ਅਨਾਊਂਸਮੈਂਟ, ਜਿਹੜੇ ਮੇਰੇ ਭਰਾ ਵਿੱਕੀ ਬਾਬਾ ਜੀ ਉਹ ਮਾੜੇ ਜਿਹੇ ਕਿਉਂ ਜਿਹੜੇ ਖੜੇ ਨੇ ਪਲੀਜ਼ ਬੈਠ ਜਾਣ, ਕਿਉਂਕਿ ਲੇਡੀਜ਼ ਨੂੰ ਆਉਣ ਜਾਣ ਵਾਲਿਆਂ ਨੂੰ, ਸਾਡੀਆਂ ਭੈਣਾਂ ਨੂੰ ਬੜੀ ਦਿੱਕਤ ਆਉਂਦੀ ਹੈ, ਅੱਜ ਇਹਨਾਂ ਲੰਗਰ ਛਕਣਾ ਬੜੀ ਖੁਸ਼ੀ ਨਾਲ ਸਕਦੇ ਸੀ। ਆਓ ਸ਼ੈਲੀ ਸਲਮਾਨ ਜੀ ਦਾ ਸੰਗੀਤਕ ਪਰਿਵਾਰ ਬਿਲਕੁਲ ਤਿਆਰ ਪਰ ਤਿਆਰ, ਉਸ ਤੋਂ ਪਹਿਲਾਂ 2-3 ਮਿੰਟ ਦੀ ਹਾਜ਼ਰੀ ਮੇਰਾ ਭਰਾ ਗੁਰਜੰਟ ਜਾਂਟੀ ਜੀ, ਮੈਂ ਪਹਿਲਾਂ ਵੀ ਕਿਹਾ ਸੀ ਚਾਂਟੀ ਨੂੰ ਨਹੀਂ ਜਾਣਦੀ ਤੂੰ, ਬਾਂਟੀ ਨੂੰ ਨਹੀਂ ਜਾਣਦੀ, ਵੱਡੀ ਮਜਾਜ ਨੇ ਤੂੰ ਚਾਂਟੀ ਨੂੰ ਜਾਣਦੀ, ਚਾਂਟੀ
ਤੇ ਤੁਹਾਡਾ ਛੋਟਾ ਭਰਾ ਤੇ ਆਂਚਲ ਕੌਰ ਤੇ ਗੁਲਾਬ ਸਿੱਧੂ, ਉਹਨਾਂ ਨੇ ਦੁਸਹਿਰੇ ਮੇਲੇ ਤੇ ਵੀ ਰੌਣਕਾਂ ਲਾਉਣੀਆਂ ਨੇ ਲਹਿੜੀ ਰੋਡ ਤੇ। ਇੱਕ ਵਾਰ ਜ਼ੋਰਦਾਰ ਤਾਲੀ ਲਾ ਦਿਓ, ਬਹੁਤ ਮਿਹਰਬਾਨੀ। ਆਓ ਇੱਕ ਛੋਟੇ ਜਿਹੇ ਗੀਤ ਨੂੰ ਹਾਜ਼ਰੀ, ਉਸ ਤੋਂ ਬਾਅਦ ਠੀਕ ਲਓ ਜੀ, ਮਾਰ ਦਿਓ ਤਾੜੀ ਇੱਕ ਵਾਰੀ ਖੁੱਲ੍ਹ ਕੇ, ਕਿਉਂਕਿ ਸਮੇਂ ਦੀ ਘਾਟ ਹੈ। ਵਿੱਕੀ ਬਾਬਾ ਜੀ ਸਾਡੇ, ਵਿਕਰਮ ਜੀ ਮੈਟ੍ਰਿਕਸ ਤੇ ਸੁਰਿੰਦਰ ਸਾਈਂ ਜੀ, ਇੱਕ ਵਾਰ ਤਾੜੀਆਂ ਮਾਰ ਦਿਓ ਵੀ ਖੁੱਲ੍ਹ ਕੇ ਪਤਾ ਲੱਗੇ, ਕਿਉਂਕਿ ਮੂਹਰੇ ਵੋਟਾਂ ਆ ਗਈਆਂ। ਹੁਣ ਵੋਟਾਂ ਦੀ ਗੱਲ ਕਰਨ ਲੱਗਿਆ ਇੱਕ ਸਰਪੰਚ ਜੀ ਦੀ ਛੋਟੀ ਜੀ ਤੇ ਹਾਂਜੀ 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 ਲਓ ਜੀ, ਇਹਨਾਂ ਜਿਹਨਾਂ ਨੂੰ ਹੁਣ ਵੋਟਾਂ ਦਾ ਚਾਹੋ, ਇੱਕ ਵਾਰ ਉਹ ਤਾੜੀ ਮਾਰ ਦਿਓ, ਫਿਰ ਸ਼ੁਰੂ ਕਰੀਏ। ਚਰਨਾਂ ਚ ਬੇਨਤੀ ਕਰਨਾ ਨੀ ਬੀਬੀ, ਮੈਂ ਇਲੈਕਸ਼ਨ ਲੜਨਾ ਹੈ। ਚਰਨਾਂ ਚ ਬੇਨਤੀ ਕਰਨਾ ਨੀ ਬੀਬੀ, ਮੈਂ ਇਲੈਕਸ਼ਨ ਲੜਨਾ। ਚਰਨਾਂ ਚ ਬੇਨਤੀ ਕਰਨਾ ਨੀ ਬੀਬੀ, ਮੈਂ ਇਲੈਕਸ਼ਨ ਲੜਨਾ। ਉਹ ਅਸੀਂ ਕਿਸੇ ਤੋਂ ਘੱਟ ਨੀ, ਅਸੀਂ ਕਿਸੇ ਤੋਂ ਘੱਟ ਨੀ, ਇਹ ਗੱਲ ਕਹਿਣੀ ਪੈਣੀ ਆ। ਰੱਖੀ ਖਿਆਲ ਬੀਬੀ ਮੈਂ ਸਰਪੰਚੀ ਲਹਿਣੀ ਆ, ਰੱਖੀ ਖਿਆਲ ਬੀਬੀ ਮੈਂ ਸਰਪੰਚੀ ਲਹਿਣੀ ਆ, ਰੱਖੀ ਖਿਆਲ ਬੀਬੀ ਮੈਂ ਸਰਪੰਚੀ ਲਹਿਣੀ ਆ। ਬਿਨਾਂ ਕਹੇ ਸਰਦਾਰਾ ਵੀ ਮੈਂ ਫਿਰਾਂ ਮਾਰਦੀ ਛਾਲਾ, ਤੇਰੇ ਬਿਨਾਂ ਕਹੇ ਸਰਦਾਰਾ ਵੀ ਮੈਂ ਫਿਰਾਂ ਮਾਰਦੀ ਛਾਲਾ, ਤੇਰੇ ਬਦਲ ਵੋਟ ਪੁੱਟਦਾ ਤੂੰ ਕੋਈ ਨਹੀਂ ਲੈ ਸਕਦੀ। ਸੀਟ ਨਹੀਂ ਸਕਦਾ ਹਾਰ ਕੁੜੇ, ਪਿੰਡ ਦੀਆਂ ਮੁਟਿਆਰਾਂ ਚੋਂ ਤੇਰਾ ਸਭ ਤੋਂ ਵੱਧ ਪ੍ਰਚਾਰ ਕੁੜੇ।
ਉਸਤਾਦ ਲੋਕ ਨੇ ਸਾਡੇ ਸਰਦਾਰ ਜਰਨੈਲ ਸਿੰਘ ਜੀ ਪੱਟੀ ਬੈਂਡ ਮਾਸਟਰ। ਸੋ ਸ਼ੁਰੂਆਤ ਮੇਰੀ ਇਹਨਾਂ ਤੋਂ ਹੋਈ ਹੈ, ਢੋਲ ਮੇਰੇ ਨਾਲ ਇਹ ਵਜਾਉਂਦੇ ਹੁੰਦੇ ਸੀ ਤੇ ਲੱਕੀ ਬਾਈ ਕੀਬੋਰਡ ਤੇ ਰਾਣਾ ਜੀ ਸਾਡੇ ਉਸਤਾਦ ਜੀ। ਖਾਓ ਪੀਓ ਐਸ਼ ਕਰੋ ਇਹ ਸਾਰਿਆਂ ਨੂੰ ਫੁੱਲ ਕਰ ਦੇਣੀ, ਜੇ ਕੋਈ ਬੋਲੂ ਮੈਂ ਜਾਣਾ ਇਹ ਫੁੱਲ ਗਰੰਟੀ ਕਰ ਦੇਣੀ। ਗੰਢ ਵੀਰੇ ਦਿਲ ਤੇ ਕਰਦਾ ਸੁਣਦੇ ਰਹੀਏ, ਪਰ ਆਪਾਂ ਨੇ ਸਾਰਾ ਮਸਾਲਾ ਜੋ ਉਰੇ ਸੁਣਾਤਾ ਦੁਸਹਿਰੇ ਗਰਾਊਂਡ 'ਚ ਫਿਰ